ਸਾਡੇ ਸਾਰਿਆਂ ਵਾਸਤੇ ਸਾਡੀ ਕੌਮ ਵਾਸਤੇ ਸਾਡੇ ਪੰਥ ਵਾਸਤੇ ਤੇ ਹਰ ਇੱਕ ਪੰਥਦਰਦੀ ਵਾਸਤੇ ਬੜੀ ਮਾਣ ਦੀ ਇੱਕ ਗੱਲ ਹੈ ਕੈਲੀਫੋਰਨੀਆ ਦੇ ਫਰੈਸ਼ਨੋ ਪਾਰਕ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੀ ਤਸਵੀਰ ਲਗਾਈ ਗਈ ਹੈ ਹੋਰ ਹਿਊਮਨ ਰਾਈਟਸ ਐਕਟੀਵਿਸਟਸ ਦੇ ਨਾਲ ਬੜੀ ਮਾਣ ਵਾਲੀ ਗੱਲ ਹੈ ਕਿਸ ਇਸ ਪੂਰੇ ਦੇਸ਼ ਵਿੱਚੋਂ ਭਾਰਤ ਵਿੱਚੋਂ ਇੰਡੀਆ ਦੇ ਵਿੱਚੋਂ ਕੇਵਲ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਹੀ ਇੱਕ ਨੇ ਜਿਨ੍ਹਾਂ ਦੀ ਤਸਵੀਰ ਉੱਥੇ ਲਗਾਈ ਗਈ ਇੱਕ ਸਨਮਾਨ ਦਿੱਤਾ ਗਿਆ ਅਮਰੀਕਾ ਦੀ ਸਰਕਾਰ ਵੱਲੋਂ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਭਾਈ ਜਸਵੰਤ ਸਿੰਘ ਜੀ ਖਾਲੜਾ ਨਿਰਦੋਸ਼ਾਂ ਲਈ ਲੜੇ ਨੇ ਆਪਣੇ ਹੱਕਾਂ ਵਾਸਤੇ ਨਹੀਂ ਲੜੇ ਕੋਈ ਆਪਣੀ ਨਿੱਜੀ ਲੜਾਈ ਨਹੀਂ ਸੀ ਉਹਨਾਂ ਦੀ ਇਸ ਸਿਸਟਮ ਦੇ ਨਾਲ ਇਸ ਸਰਕਾਰ ਦੇ ਨਾਲ ਉਹਦੇ ਨੁਮਾਇੰਦਿਆਂ ਦੇ ਨਾਲ ਨਿਰਦੋਸ਼ਾਂ ਵਾਸਤੇ ਲੜੇ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਲੜੇ ਨੇ ਤੇ ਉਹਨਾਂ ਦੇ ਉੱਤੇ ਪੰਜਾਬੀ ਐਕਟਰ ਨੇ ਦਿਲਜੀਤ ਦੋਸਾਂਝ ਉਹਨਾਂ ਦੀ ਮੂਵੀ ਵੀ ਆਉਂਦੀ ਪਈ ਹੈ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਦੇ ਉੱਤੇ ਮੇਰੀ ਤੇ दिली ਇੱਛਾ ਸੀ ਕਿ ਕੁਝ ਗੱਲਾਂ ਉਹਨਾਂ ਦੀ ਜ਼ਿੰਦਗੀ ਦੀਆਂ ਉਹਨਾਂ ਦੀ ਜੀਵਨੀ ਦੀਆਂ ਉਹਨਾਂ ਦੇ ਸੰਘਰਸ਼ ਦੀਆਂ ਜੋ ਉਹਨਾਂ ਨੇ ਮਜਲੂਮਾਂ ਵਾਸਤੇ નિર્ਦੋਸ਼ਾਂ ਵਾਸਤੇ ਉਹਨਾਂ ਦੇ ਬੱਚਿਆਂ ਦਾ ਇਨਸਾਫ ਉਹਨਾਂ ਨੂੰ ਪਰਿਵਾਰਾਂ ਨੂੰ ਦਿਵਾਉਣ ਵਾਸਤੇ ਜੋ ਉਹਨਾਂ ਨੇ ਸੰਘਰਸ਼ ਕੀਤਾ ਜੋ ਉਹਨਾਂ ਨੇ ਕਾਲਣਾ ਕਾਲੀ ਬੜੀ ਦਿਲ ਇੱਛਾ ਸੀ ਉਹਨਾਂ ਦੇ ਕੁਝ ਗੱਲਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਣ ਦੀ ਇਹ ਗੱਲਾਂ ਕਿਸੇ ਬਗਾਨਿਆਂ ਨਾਲ ਨਹੀਂ ਬੀਤੀਆਂ ਸਾਡੇ ਨਾਲ ਬੀਤੀਆਂ ਨੇ ਸਾਡੇ ਪੰਜਾਬ ਨਾਲ ਬੀਤੀਆਂ ਨੇ ਸਾਡੇ ਤੇ ਬਣੀ ਤੇ ਸਾਡੇ ਤੇ ਬੀਤੀ ਵੱਡੇ ਵੱਡੇ ਅਫਸਰ ਵੱਡੇ ਵੱਡੇ ਮੰਤਰੀ ਸਭ ਪੰਜਾਬ ਦੇ ਨੌਜਵਾਨਾਂ ਦੇ ਖੂਨ ਦੇ ਪਿਆਸੇ ਸੀ ਤੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲ ਵਾਲਾ ਦੀ ਉਹ ਰਿਪੋਰਟ ਪੜੋ ਜੇ ਪੜ ਸਕਦੇ ਹੋ ਕਿ 25000 ਨੌਜਵਾਨਾਂ ਦਾ ਝੂਠਾ ਮੁਕਾਬਲਾ ਬਣਾ ਕੇ ਉਹਨਾਂ ਨੂੰ ਝੂਠਾ ਖੜਕੂ ਕਰਾਰ ਕਰਕੇ ਅੱਤਵਾਦੀ ਕਰਾਰ ਕਰਕੇ 25000 ਨੂੰ ਗੋਲੀਆਂ ਨਾਲ ਮਾਰਿਆ ਗਿਆ ਤੇ ਤਕਰੀਬਨ ਤਕਰੀਬਨ 25000 ਦੀ লাশ ਜਿਹੜੀ ਹੈ ਉਹ ਰਾਜਸਥਾਨ ਵਾਲੀ ਨਹਿਰ ਚ ਸੁੱਟੀ ਗਈ ਹੈ ਇਹ ਰਿਪੋਰਟ ਹੈ ਇੱਕ ਝੂਠੇ ਨਹੀਂ ਇਹ ਕੋ ਮੈਂ ਪੱਲਿਓ ਨਹੀਂ ਬਣਾ ਕੇ ਬੋਲਦਾ ਇਹ ਜਾ ਕੇ ਅੰਕੜੇ ਵੇਖ ਕੇ ਆਓ ਐਵੇਂ ਨਹੀਂ ਫੋਟੋਆਂ ਲੱਗਦੀਆਂ ਫਰੈਸ਼ ਨੋ ਦੇ ਪਾਰਕ ਦੇ ਵਿੱਚ ਕਲਣਾ ਕਲਣੀ ਪੈਂਦੀ ਏ ਮੈਂ ਕੋਈ ਜੀ ਇੰਟਰਵਿਊ ਸੁਣਦਾ ਸੀ ਇੱਕ ਛੋਟੀ ਜੀ ਕਲਿੱਪ ਸੀ 1.5 ਮਿੰਟ ਦੀ ਹੋਏਗੀ ਉਹ ਪਿਓ ਸੀ ਬੋਲਦਾ ਸੀ ਕਹਿੰਦੇ 1984 ਦੇ ਬਾਅਦ ਜਦੋਂ ਤੀਜਾ ਖੱਲੂਕਾਰਾ ਹੋਇਆ ਉਸ ਤੋਂ 4-5 ਸਾਲ ਬਾਅਦ ਜਦੋਂ ਪੁਲਿਸ ਨੇ ਝੂਠੇ ਮੁਕਾਬਲਿਆਂ ਦੇ ਵਿੱਚ ਜਵਾਨ ਪੁੱਤ ਲੋਕਾਂ ਨੇ ਮਰਵਾਉਣੇ ਸ਼ੁਰੂ ਕੀਤੇ ਤੇ ਡਰ ਦਾ ਮਾਰਾ ਕੋਈ ਬੋਲਦਾ ਨਹੀਂ ਸੀ ਉਹਨਾਂ ਦੇ ਅੱਗੇ ਕਿਉਂਕਿ ਪਤਾ ਹੈ ਵੀ ਉੱਤੇ ਜਿਹਦਾ ਹੱਥ ਹੈ ਉਹਨੂੰ ਕਹਿੰਦੇ ਨੇ ਸਰਕਾਰ ਮੌਕੇ ਦੀ ਸਰਕਾਰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਕੁਝ ਥਾਣੇ ਜਿਹੜੇ ਨੂੰ ਬੜੇ ਮਸ਼ਹੂਰ ਸਨ ਸ਼੍ਰੀ ਅਮਰਸਰ ਸਾਹਿਬ ਦੇ ਜਾਂ ਤਰਨਤਾਰਨ ਸਾਹਿਬ ਦੇ ਇਲਾਕੇ ਦੇ ਜਿਵੇਂ ਚਭਾਲ ਚਭਾਲ ਤੇ ਉਹ ਥਾਣਾ ਜਿਹਦੇ ਵਿੱਚ ਪਤਾ ਨਹੀਂ ਕਿੰਨੇ ਕੋ ਮਜਲੂਮਾਂ ਦੇ ਉਹਨਾਂ ਦੇ ਬੱਚਿਆਂ ਦੇ ਉਥੇ ਕਤਲ ਹੋਏ ਇਨਕਾਊਂਟਰ ਮੁਕਾਬਲੇ ਝੁੱਠੇ ਬਣੇ ਤੇ ਪਤਾ ਨਹੀਂ ਵੈਗਰੂ ਜਾਣੇ ਕਿੰਨੇ ਕੁ ਧੀਆਂ ਨਾਲ ਉਥੇ ਕੋਈ ਕਰਮ ਹੁੰਦੇ ਰਹੇ ਨੇ ਉਸ ਥਾਣੇ ਦੇ ਵਿੱਚ ਤੇ ਕਈ ਪੁਸ਼ਕਰਮੀ ਨਾਦਰਲੇ ਕਿਉਂ ਇੱਕ ਉਹਨਾਂ ਦੀ ਬੜੀ ਉਸ ਸਮੇਂ ਉਹਨਾਂ ਦੀ ਇੱਕ ਲਾਲਸਾ ਬਣ ਗਈ ਸੀ ਕਹਿੰਦੇ ਜਿੰਨੇ ਇਨਕਾਊਂਟਰ ਕਰਾਂਗੇ 19 ਛੇਤੀ ਤੇ 19 ਛੇਤੀ ਪ੍ਰਮੋਸ਼ਨ ਮਿਲੇਗਾ ਤੇ ਓਡੀ ਵੱਡੀ ਪਦਵੀ ਤੇ ਉੱਤੇ ਪਹੁੰਚਾਂਗੇ ਜੀਐਸਐਚਓ ਦਾ ਡੀਐਸਪੀ ਬਣ ਜਾਣਗੇ ਹੌਲਦਾਰਾਂ ਤੇ ਐਸਐਚਓ ਬਣ ਜਾਣਗੇ ਐਸਈ ਬਣ ਜਾਣਗੇ ਅਫਸਰ ਵੱਡੇ ਬਣ ਜਾਣਗੇ ਤੇ ਕੋਈ ਨਹੀਂ ਸੀ ਬੋਲਿਆ ਕੇਵਲ ਔਰ ਕੇਵਲ ਜੇ ਕੋਈ ਅੱਗੇ ਆਏ ਮਾਂ ਦੇ ਪੁੱਤ ਸੂਰਮੇ ਬਣ ਕੇ ਕੇਵਲ ਭਾਈ ਜਸਵੰਤ ਸਿੰਘ ਜੀ ਖਾਲੜਾ ਉਹ ਮੈਂ ਇੰਟਰਵਿਊ ਸੁਣਦਾ ਸੀ ਮੈਂ ਜ਼ਿਕਰ ਕਰਨ ਲੱਗਾ ਹਾਂ ਦਾ ਇੱਕ ਪਿਓ ਦਾ ਇੰਟਰਵਿਊ ਸੀ ਉਹ ਰੋ ਕੇ ਸੁਣਾਵੇ ਹੋਂਕੇ ਲੈ ਲੈ ਕੇ ਅੱਖਾਂ 'ਚ ਹੰਝੂ ਤੇ ਥੜਕਦੀ ਜਬਾਨ ਨਾਲ ਸੁਣਾਉਂਦਾ ਸੀ ਕਹਿੰਦਾ ਸੀਆਰਪੀਐਫ ਦੇ ਜਵਾਨ ਫੌਜੀ ਹਿੰਦੂਸਤਾਨ ਦੇਸ਼ ਦੇ ਦੇ ਮੇਰੇ ਘਰ ਬੜੇ ਸ਼ਿਕਰਤ ਪੈਰੀ ਕੁੰਡਾ ਖੜਕਾਇਆ ਮੈਂ ਕੁੰਡਾ ਖੋਲ੍ਹਿਆ ਧੱਕੇ ਨਾਲ ਅੰਦਰ ਆਣ ਵੜੇ ਮੈਨੂੰ ਧੱਕਾ ਮਾਰ ਕੇ ਉਹਨਾਂ ਨੇ ਪਿੱਛਾ ਕਰਤਾ ਕਮਰੇ ਦੇ ਵਿੱਚ ਗਏ ਮੇਰੀਆਂ ਧੀਆਂ ਨੂੰ ਬਾਹਰ ਲੈ ਆਏ ਤੇ ਮੈਨੂੰ ਕਹਿੰਦੇ ਵੇੜੇ ਦੇ ਵਿੱਚ ਮੇਰੀਆਂ ਧੀਆਂ ਨੂੰ ਪਰਾਂ ਲੈ ਗਏ ਤੇ ਮੈਨੂੰ ਉਹਨਾਂ ਦੇ ਸਾਹਮਣੇ ਜਾ ਕੇ ਬਿਲਕੁਲ ਸਾਹਮਣੇ ਜਾ ਕੇ ਬਿਠਾਤਾ ਤੇ ਮੈਂ ਕਹਿੰਦੇ ਹੁਣ ਇੱਕ ਪਿਓ ਹੈ ਧਿਆਨ ਨਾਲ ਸੋਚੋ ਤੁਸੀਂ ਇਨੇ ਇੱਥੇ ਬੈਠੇ ਹੋ ਮਾਪਿਓ ਲੋਕਾਂ ਦੇ ਤੁਹਾਡੇ ਬੱਚੇ ਬੈਠੇ ਨੇ ਇੱਕ ਪਿਓ ਹੈ ਉਹ ਆਪਣੀ ਧੀਆ ਦੇ ਨਾਲੇ ਕੁਝ ਹੁੰਦਾ ਵੇਖ ਸਕਦਾ ਜਾਂ ਸਕਦਾ ਕੋ ਕੌਣ ਜਰੇ ਐਡਾ ਤੱਕਾ ਐਡਾ ਜ਼ੁਲਮ ਫਿਰ ਕਹਿੰਦੇ ਦੇਸ਼ ਆਜ਼ਾਦ ਹੈ ਜੀ ਇਹ ਜੇ ਆ ਦੇਸ਼ ਆਜ਼ਾਦ ਹੈ ਫਿਰ ਗੁਲਾਮ ਕਿਹੜਾ ਸਿਪਾਈ ਜੇ ਇਹਨੂੰ ਆਜ਼ਾਦੀ ਕਹਿੰਦੇ ਨੇ ਤੇ ਉਹ ਪਿਓ ਕਹਿੰਦਾ ਕਹਿੰਦਾ ਵੀ ਮੈਨੂੰ ਕੁੱਟ-ਕੁੱਟ ਕੇ ਮੈਨੂੰ ਮਾਰ-ਮਾਰ ਕੇ ਧੱਕੇ ਨਾਲ ਮੇਰੀਆਂ ਅੱਖਾਂ ਖਲਵਾ ਖਲਵਾ ਕੇ ਮੈਨੂੰ ਉਹ ਫੌਜੀ ਸੀਆਰਪੀਐਫ ਦੇ ਜਵਾਨ ਕਹਿਣ ਲੱਗੇ ਵੇਖ ਤੇਰੀ ਧੀ ਨਾਲ ਕੀ ਕਰਦੇ ਪਿਆ ਵੇਖ ਤੇਰੀ ਧੀਆਂ ਨਾਲ ਵੇਖ ਕੀ ਹੋ ਰਿਹਾ ਤੇ ਫਿਰ ਕਹਿਣਗੇ ਜੀ ਡੈਮੋਕ੍ਰੇਸੀ ਏ ਲੋਕਤੰਤਰ ਏ ਜੇ ਇਹ ਲੋਕਤੰਤਰ ਏ ਭਾਈ ਫਿਰ ਡਿਕਟੇਟਰਸ਼ਿਪ ਕੀ ਹੁੰਦੀ ਏ ਜੇ ਅੱਜ ਡਿਕਟੇਟਰਸ਼ਿਪ ਹੁੰਦੀ ਤੁਸੀਂ ਤਾਂ ਫਿਰ ਸੰਗ ਹੀ ਪਾੜ ਦੇਣਾ ਸੀ ਲੋਕਾਂ ਦੇ ਤੇ ਡੈਮੋਕ੍ਰੇਸੀ ਦੇਵੇਂ ਐਵੇਂ ਕਰਦੇ ਹਾਂ ਤੇ ਚੇਤਾ ਰੱਖਿਓ ਜੇ ਉਸ ਵੇਲੇ ਡਿਕਟੇਟਰਸ਼ਿਪ ਹੁੰਦੀ ਜੇ ਤੁਸੀਂ ਪੱਥਰ ਦੇ ਸ਼ਿਕਾਰੀ ਹੋ ਤੇ ਅਸੀਂ ਵੀ ਅੱਗੋਂ ਇੱਟ ਨਾਲ ਇੱਟ ਖੜਕਾ ਦੇਣੀ ਸੀ ਪਰ ਹੈ ਹੀ ਸਾਰੇ ਲਾਚਾਰ ਬੇਵੱਸ ਸਣ ਤੱਕਾ ਕਿੰਨਾ ਕੋਈ ਤੱਕਾ ਚਿੰਦਾ ਕੋਈ ਕਿੰਨਾ ਕੋਈ ਤੱਕਾ ਜਰ ਲੈਂਦਾ ਕਈਆਂ ਨੇ ਹਥਿਆਰ ਚੁੱਕ ਕੇ ਜ਼ੁਲਮ ਦੇ ਖਿਲਾਫ ਖੜਕੂ ਲੈਰਾਂ ਦੇ ਵਿੱਚ ਸ਼ਾਮਲ ਹੋਏ ਜਥੇਬੰਦੀਆਂ ਨਾਲ ਰਲਣ ਲੱਗੇ ਉਹਨਾਂ ਦਾ ਸਾਥ ਦੇਣ ਲੱਗੇ ਸਮਰਥਨ ਦੇਣ ਲੱਗੇ ਉਹਨਾਂ ਵਿੱਚੋਂ ਕੁ ਬੜੇ ਮਸ਼ਹੂਰ ਨੇ ਉਸ ਵੇਲੇ ਦੇ ਹੋਏ ਸਨ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਤੁਸੀਂ ਜਾ ਕੇ ਉਹਨਾਂ ਬਾਰੇ ਪੜਿਓ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਇਹ ਉਹੀ ਅਵਤਾਰ ਸਿੰਘ ਜੀ ਬ੍ਰਹਮਾ ਨੇ ਜਿਨ੍ਹਾਂ ਦੀ ਲੀਡਰਸ਼ਿਪ ਦੇ ਅੰਡਰ ਭਾਈ ਜਗਰਾਤ ਸਿੰਘ ਜੀ ਤੂਫਾਨ ਨੇ ਖਾੜਕੂ ਲਹਿਰ ਜੁਆਇਨ ਕੀਤੀ ਸੀ ਜ਼ੁਲਮ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜ ਰਹੇ ਸੀ ਧੀਆਂ ਪੇਣਾ ਦੀ ਇੱਜ਼ਤਾਂ ਬਚਾਉਂਦੇ ਸੀ ਤਿਆਂ ਪਿੰਨਾਂ ਦੇ ਰਾਖੇ ਸੀ ਲੋਕਾਂ ਦੀ ਪੱਤ ਬਚਾਉਂਦੇ ਸੀ ਧਰਮ ਦਾ ਕੋਈ ਕਿਸੇ ਨਾਲ ਵੈਰ ਨਹੀਂ ਸੀ ਕੋਈ ਕਿਸੇ ਨਾਲ ਮਤਭੇਦ ਨਹੀਂ ਸੀ ਕੋਈ ਇਸਾਈ ਸੀ ਕੋਈ ਮੁਸਲਮਾਨ ਸੀ ਭਾਈ ਜਗਰਾਜ ਸਿੰਘ ਜੀ ਤੂਫਾਨ ਦੇ ਤੁਸੀਂ ਕਦੀ ਜੀਵਨੀ ਪੜਿਓ ਜਿੰਨੀ ਮਦਦ ਉਹਨਾਂ ਨੇ ਸਿੱਖਾਂ ਦੀ ਕੀਤੀ ਉਤੋਂ ਕਿਤੇ ਵੱਧ ਉਹਨਾਂ ਨੇ ਹਿੰਦੂਆਂ ਦੀ ਮੁਸਲਮਾਨਾਂ ਦੀ ਤੇ ਇਸਾਈਆਂ ਦੀ ਕੀਤੀ ਕਹਿੰਦੇ ਨੇ ਜਦੋਂ ਭਾਈ ਜਗਰਾਜ ਸਿੰਘ ਜੀ ਤੂਫਾਨ ਦਾ ਅੰਤਿਮ ਸੰਸਕਾਰ ਹੋਇਆ ਉਦੋਂ ਸਿੱਖਾਂ ਨਾਲੋਂ ਵੱਧ ਗਿਣਤੀ ਹਿੰਦੂਆਂ ਦੀ ਸੀ ਤੇ ਬਹੁਤੇ ਰਾਜਸਥਾਨ ਤੋਂ ਆਏ ਸੀ ਬਹੁਤੇ ਹਰਿਆਣੇ ਤੋਂ ਆਏ ਸੀ ਇਹ ਜज्ਬਾ ਸੀ ਗੁਰੂਆਂ ਦੇ ਸਿੱਖਾਂ ਦਾ ਤੇ ਮੈਂ ਗੱਲ ਕਰਾਂ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਸਿੱਧੇ ਸਿੱਧੇ ਦੋਸ਼ ਪੰਜਾਬ ਦੀ ਸਰਕਾਰ ਤੇ ਤੇ ਉਹਨਾਂ ਦੇ ਨੁਮਾਇੰਦਿਆਂ ਤੇ ਲਾਏ ਪੁਲਸ ਕਰਮੀਆਂ ਦੇ ਵੱਡੇ ਅਫਸਰਾਂ ਤੇ ਲਾਏ ਉਹਨਾਂ ਦੇ ਜਵਾਬ ਦੇ ਵਿੱਚ ਉਸ ਪ੍ਰੈਸ ਕਾਨਫਰੰਸ ਦੇ ਜਵਾਬ ਦੇ ਵਿੱਚ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਜਗਤਾਰ ਮਾਫ ਕਰਿਓ ਜਸਵੰਤ ਸਿੰਘ ਜੀ ਖਾਲੜਾ ਝੂਠ ਬੋਲਦੇ ਨੇ ਇਹਨਾਂ ਦੇ ਕੋਲ ਕੋਈ ਸਬੂਤ ਤੇ ਹੈ ਨਹੀਂ ਤੇ ਫਿਰ ਜਦੋਂ ਉਹਨਾਂ ਦੇ ਜਵਾਬ ਦੇ ਵਿੱਚ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਸਣੇ ਸਬੂਤ 80 ਪਰਿਵਾਰ ਸਾਹਮਣੇ ਲੈ ਕੇ ਆਏ ਬਹੁਤ ਇੰਨੀ ਆਸ ਏ ਕਿਉਂਕਿ ਡਰ ਡਰ ਜਿਹੜਾ ਹੁੰਦਾ ਮਨ ਦੇ ਵਿੱਚ ਪੁਲਿਸ ਦਾ ਸਰਕਾਰਾਂ ਦਾ ਇਹ ਬੜਾ ਵੱਡਾ ਭੈ ਹੈ ਭਾਵੇਂ ਪੁੱਤਰ ਖੋਏ ਉਹਨਾਂ ਨੇ ਭਾਵੇਂ ਧੀਆਂ ਦੀ ਪਤ ਲੁੱਟੀ ਭਾਵੇਂ ਜਿੱਤਾਂ ਲੁੱਟੀਆਂ ਪਰ ਡਰ ਸੀ ਡਰ ਮਨ ਦੇ ਵਿੱਚ ਬੈਠਾ ਸੀ 80 ਪਰਿਵਾਰ ਉਦੋਂ ਆਏ ਤੇ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਉਹਨਾਂ ਨੇ ਦਾਖਲ ਕੀਤੀ ਤੇ ਕੋਰਟ ਨੇ ਇਹ ਕਹਿ ਕੇ ਰੱਦ ਕਰਤੀ ਵੀ ਜੇ 25000 ਨੌਜਵਾਨਾਂ ਦੀਆਂ ਲਾਸ਼ਾਂ ਦੀ ਉਹਨਾਂ ਦੀ ਮੌਤ ਦੀ ਤੁਸੀਂ ਸਰਕਾਰ ਦੇ ਉੱਤੇ ਪਟੀਸ਼ਨ ਪਾਨੇ ਪਏ ਹੋ ਸਰਕਾਰ ਦੇ ਖਿਲਾਫ ਤੇ ਤੁਹਾਡੇ ਕੋਲ ਕੋਈ ਸਬੂਤ ਹੀ ਹੈ ਨਹੀਂ ਤੁਸੀਂ ਤਾਂ ਸੂਬੇ ਦਾ ਮਾਹੌਲ ਵਿਗਾੜ ਦੋਗੇ ਫਿਰ ਕਹਿੰਦੇ ਇੱਕ ਦਿਨ ਭਾਈ ਜਸਵੰਤ ਸਿੰਘ ਜੀ ਖਾਲੜਾ ਸ਼੍ਰੀ ਅੰਮ੍ਰitsar ਸਾਹਿਬ ਦੇ ਤੁਸੀਂ ਉੱਧਰ ਜਾਂਦੇ ਹੋ ਨਾ ਦਰਬਾਰ ਸਾਹਿਬ ਦਰبار ਸਾਹਿਬ ਤੋਂ ਥੋੜੀ ਦੂਰ ਜਾ ਕੇ ਦੁਰਗਿਆਨਾ ਮੰਦਿਰ ਹੈ ਹਿੰਦੂਆਂ ਦਾ ਤੀਰਥ ਹੈ ਉੱਥੇ ਦੇ ਸ਼ਮਸ਼ਾਨ ਘਾਟ ਦੇ ਵਿੱਚ ਭਾਈ ਜਸਵੰਤ ਸਿੰਘ ਜੀ ਖਲੜਾ ਗਏ ਇੱਕ ਅਫਸਰ ਦਾ ਰੂਪ ਧਾਰ ਕੇ ਗਏ ਪੂਰਾ ਜਿਵੇਂ ਨਾ ਪੇਸ ਬਦਲ ਕੇ ਗਏ ਅਫਸਰ ਦਾ ਕਿਉਂਕਿ ਜੇ ਆਮ ਤੌਰ ਤੇ ਜਾਂਦੇ ਫਿਰ ਤਾਂ ਜਿਵੇਂ ਆਮ ਜਾਂਦੇ ਵੀ ਮੈਜਿਸਵੰਤ ਸਿੰਘ ਖਾਲਾਣਾ ਦੇ ਆਵੇਈ ਰਿਪੋਰਟਾਂ ਦੇ ਸਾਰੀਆਂ ਤੇ ਉਹਨਾਂ ਨੇ ਕਦੀ ਵੀ ਰਿਪੋਰਟਾਂ ਨਹੀਂ ਸੀ ਦੇਣੀਆਂ ਸ਼ਮਸ਼ਾਨ ਘਾਟ ਦੇ ਵੱਡੇ ਅਫਸਰ ਬਣ ਕੇ ਗਏ ਪੂਰਾ ਉਹ ਕਹਿੰਦੇ ਸੀ ਇਨਕੁਆਇਰੀ ਕਰਨੀ ਅਸੀਂ ਚੈਕਿੰਗ ਕਰਨੀ ਅਸੀਂ ਇਨਸਪੈਕਸ਼ਨ ਕਰਨ ਵਾਸਤੇ ਇੱਥੇ ਆਏ ਆ ਤੇ ਜਿਹੜਾ ਉੱਥੇ ਦਾ ਚੌਂਕੀਦਾਰ ਸੀ ਉਹਨੇ ਵਡਿਆਈ ਖਾਤਰ ਸ਼ਬਾਸ਼ੀ ਖਾਤਰ ਵੀ ਵੱਡੇ ਅਫਸਰ ਆਏ ਨੇ ਮੈਨੂੰ ਵਡਿਆਈ ਦੇਣਗੇ ਉਹ ਜਿਹੜੀਆਂ ਰਿਪੋਰਟਾਂ ਸਨ ਜਿਹੜੇ ਪੁਲਸ ਮੁਕਾਬਲਿਆਂ ਦੇ ਵਿੱਚ ਉੱਥੇ ਜਿਹੜੇ ਲੋਕਾਂ ਦੇ ਪੁੱਤ ਮਾਵਾ ਦੇ ਪੁੱਤ ਉੱਥੇ ਮਰਦੇ ਸੀ ਉੱਥੇ ਸ਼ਹੀਦ ਕਰ ਦਿੱਤੇ ਜਾਂਦੇ ਸੀ ਝੂਠੇ ਪੁਲਸ ਮੁਕਾਬਲੇ ਬਣਾ ਕੇ ਉਸ ਜਿਹੜੀ ਸਾਰੀ ਫਾਈਲ ਸੀ ਉਹ ਭਾਈ ਖਾਲੜਾ ਜੀ ਦੇ ਹੱਥ ਆ ਗਈ ਤੇ ਇਹਦੇ ਵਿੱਚ ਸਿੱਧਾ ਸਿੱਧਾ ਉਹਨਾਂ ਪੁਲਸ ਵਾਲਿਆਂ ਦਾ ਨਾਮ ਸੀ ਉਹਨਾਂ ਬੱਚਿਆਂ ਦਾ ਉਹਨਾਂ ਮਾਵਾ ਦੇ ਪੁੱਤਰਾਂ ਦਾ ਨਾਮ ਸੀ ਜਿਨ੍ਹਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਦੇ ਵਿੱਚ ਤੇ ਸ਼ਹੀਦ ਕਰ ਦਿੱਤਾ ਜਾਂਦਾ ਸੀ ਤੇ ਉਹ ਚੌਕੀਦਾਰ ਨੇ ਦੱਸਿਆ ਕਹਿੰਦਾ ਕਹਿੰਦਾ ਕਦੀ ਦੋ ਲਾਸ਼ਾਂ ਆ ਜਾਂਦੀਆਂ ਨੇ ਕਦੀ 20 ਆ ਜਾਂਦੀਆਂ ਨੇ ਕਹਿੰਦਾ ਕਦੀ ਕਦੀ 200 ਆ ਜਾਂਦੀਆਂ ਨੇ ਜਿਹੜੀਆਂ ਸੜ ਜਾਂਦੀਆਂ ਨੇ ਇੱਥੇ ਸਾੜ ਦਿੰਦੇ ਨੇ ਜਿਹੜੀਆਂ ਨਹੀਂ ਸੜ ਦਿੰਦੀਆਂ ਉਹ ਜਿਹੜੀਆਂ ਨਹੀਂ ਛੜਦੀਆਂ ਉਹਨੂੰ ਰਾਜਸਥਾਨ ਦੀ ਨਹਿਰ ਸੁੱਟ ਦਿੰਦੇ ਨੇ ਜਿਹੜਾ ਇੱਕ ਅੱਧਾ ਕੋਈ ਜਿਵੇਂ লাশ ਛੜਦੀ ਪਈਏ ਕੋਈ ਹੱਥ ਬਾਹ ਪੈਰ ਕੁਛ ਬਚ ਗਿਆ ਅੱਧ ਸੜਿਆ ਰਹਿ ਗਿਆ ਉਹਨੂੰ ਕੁੱਤੇ ਚੱਕ ਕੇ ਲੈ ਜਾਂਦੇ ਨੇ ਤੇ ਖਾ ਜਾਂਦੇ ਨੇ ਕਿਤੇ ਸੁੱਟ ਦਿੰਦੇ ਨੇ ਇਹ ਗੱਲ ਸੁਣ ਕੇ ਇੱਕ ਵਾਰ ਭਾਈ ਜਸਵੰਤ ਸਿੰਘ ਜੀ ਖਾਲੜਾ ਦਾ ਦਿਲ ਦਹਿਲ ਗਿਆ ਐਡਾ ਕਹਿਰ ਤੁਸੀਂ ਹੁਣ ਤੁਸੀਂ ਇਮੇਜਨ ਕਰਕੇ ਵੇਖੋ ਵੀ ਤੁਸੀਂ ਸਵੇਰੇ ਸੁੱਤੇ ਉੱਠੇ ਹੋ ਤੇ ਤੁਹਾਡੇ ਘਰ ਦੇ ਬਾਹਰ ਇੱਕ ਕੁੱਤਾ ਤੇ ਉਹ ਕੋਈ ਅੱਧ ਸੜੀ ਕੋਈ ਬਾਹ ਲੱਤ ਸਿਰ ਖੋਪੜੀ ਕੁਝ ਖਾਂਦਾ ਪਿਆ ਕਿਵੇਂ ਦਾ ਸੀਨ ਲੱਗੇਗਾ ਤੁਹਾਨੂੰ ਤੇ ਉਸ ਸਮੇਂ ਜਦੋਂ ਇਹ ਰੋਜ਼ ਵਾਪਰਦਾ ਸੀ ਉਦੋਂ ਕਿਵੇਂ ਦਾ ਲੱਗਦਾ ਹੋਏਗਾ ਤੇ ਭਾਈ ਜਸਵੰਤ ਸਿੰਘ ਜੀ ਖਲੜਾ ਸਿਰਫ ਇੱਥੇ ਨਹੀਂ ਰੁਕੇ ਉਹ ਗਏ ਕੈਨੇਡਾ ਗਏ ਆਸਟ੍ਰੇਲੀਆ ਗਏ ਇੰਗਲੈਂਡ ਗਏ ਉਹਨਾਂ ਨੂੰ 온ਟਾਰੀਓ ਵਿਖੇ ਕੈਨੇਡਾ ਚ ਜਿਹੜਾ ਜੂਨ 1984 ਦਾ ਕੱਲੂਕਾਰਾ ਵਾਪਰਿਆ ਸੀ ਸਾਡੇ ਨਾਲ ਉਹਦੇ ਸਮਾਗਮ ਦੇ ਉੱਤੇ ਉਹਨਾਂ ਨੂੰ ਸੱਦਿਆ ਗਿਆ ਦੂਜੀ ਵਾਰ ਉਹਨੂੰ ਸੱਦਿਆ ਗਿਆ ਇੱਕ ਵਾਰੀ ਪਹਿਲਾਂ ਗਏ ਸੀ ਹਿਊਮਨ ਰਾਈਟਸ ਕਮਿਸ਼ਨ ਦੀ ਉਦੋਂ ਬੈਠਕ ਹੋਣੀ ਸੀ ਉਦੋਂ ਉੱਥੇ ਦੀ ਐਮਪੀ ਸੀ ਉਹਨੇ ਸਪੈਸ਼ਲ ਇਹਨਾਂ ਨੂੰ ਸੱਦਿਆ ਸੀ ਤੇ ਪਹਿਲੀ ਵਾਰ ਵੀ ਤੇ ਦੂਜੀ ਵਾਰ ਵੀ ਦੋਵਾਂ ਵਾਰ ਉਸ ਐਮਪੀ ਨੇ ਉੱਥੇ ਦੇ ਸਿਟੀਜ਼ਨ ਸਿੱਖਾਂ ਨੇ ਉਹਨਾਂ ਅੱਗੇ ਪਤਾ ਨਹੀਂ ਕਿੰਨੀ ਵਾਰ ਪੇਸ਼ਕਸ਼ ਰੱਖੀ ਪੀਪਾਈ ਜਸਵੰਤ ਸਿੰਘ ਜੀ ਖਾਲੜਾ ਤੁਸੀਂ ਇੱਥੇ ਪੋਲਿਟਿਕਲ ਅਸਾਈਲਮ ਲੈ ਲਓ ਪੋਲਿਟਿਕਲ ਐਗਜ਼ਾਈਲ ਲੈ ਲਓ ਤੁਹਾਡਾ ਵਾਪਸ ਜਾਣਾ ਖਤਰੇ ਤੋਂ ਖਾਲੀ ਨਹੀਂ ਤੁਸੀਂ ਇੱਥੇ ਦੇ ਸਿਟੀਜ਼ਨ ਹੋ ਜਾਓ ਆਪਾਂ ਇੱਥੋਂ ਲੜਾਈ ਲੜਾਂਗੇ ਆਪਾਂ ਤੁਸੀਂ ਇੱਥੋਂ ਬੋਲਿਓ ਤੁਹਾਡਾ ਮੈਸੇਜ ਆਪਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸਿੱਖਾਂ ਨੂੰ ਇੰਡੀਆ 'ਚ ਵਸਦੇਆਂ ਸਿੱਖਾਂ ਨੂੰ ਇੱਥੋਂ ਕਨਵੇ ਕਰਾਂਗੇ ਤੁਸੀਂ ਇੱਥੋਂ ਦੇ ਹੋ ਜਾਓ ਤੁਹਾਡੇ ਪਰਿਵਾਰ ਨੂੰ ਇੱਥੋਂ ਦੀ ਸਿਟੀਜ਼ਨਸ਼ਿਪ ਦਿਵਾ ਦਿੰਨੇ ਆ ਕੈਨੇਡਾ ਦੀ ਪਰ ਪਾਈ ਖਾਲੜਾ ਨਹੀਂ ਮੰਨੇ ਕਹਿੰਦੇ ਜੇ ਸ਼ਹੀਦ ਹੋਣਾ ਕਿਉਂਕਿ ਮੈਨੂੰ ਪਤਾ ਹੈ ਜਿਹੜੇ ਰਾਹ ਤੇ ਮੈਂ ਤੁਰਿਆ ਕੋਈ ਮੌਤ ਮੇਰੇ ਤੋਂ ਬਹੁਤੀ ਦੂਰ ਨਹੀਂ ਸ਼ਹਾਦਤ ਦਾ ਜਾਮ ਮੈਂ ਪੀਤਾ ਹੋਇਆ ਸ਼ਹਾਦਤ ਮੇਰੇ ਤੋਂ ਬਹੁਤੀ ਦੂਰ ਨਹੀਂ ਤੇ ਜਿਹੜੇ ਰਾਹ ਤੇ ਮੈਂ ਤੁਰਿਆ ਜੇ ਮੈਂ ਦੋ ਪੈਰ ਵੀ ਪਿੱਛੇ ਪੁੱਟ ਲੇ ਮੇਰਾ ਸ਼ਹਾਦਤ ਦਾ ਕੀਤਾ ਹੋਇਆ ਕੋਲ ਉਹ ਵਾਅਦਾ ਆਪਣੇ ਸਤਿਗੁਰੂ ਦੇ ਨਾਲ ਆਪਣੀ ਸਿੱਖਾਂ ਦੇ ਨਾਲ ਉਹਨਾਂ ਮਾਵਾਂ ਨਾਲ ਜਿਨ੍ਹਾਂ ਨੂੰ ਮੈਂ ਵਾਅਦਾ ਕੀਤਾ ਤੁਹਾਡੇ ਪੁੱਤਰਾਂ ਦਾ ਇਨਸਾਫ ਦਵਾਵਾਂਗਾ ਭਾਵੇਂ ਆਪ ਸ਼ਹੀਦ ਹੋਣਾ ਪੈ ਜੇ ਤੇ ਭਾਈ ਖਾਲੜਾ ਕਹਿੰਦੇ ਉਹ ਵਾਅਦਾ ਝੂਠਾ ਪੈ ਜਾਏਗਾ ਜਿਵੇਂ ਸਿਰ ਤਲੀ ਤੇ ਰੱਖ ਲੈਣ ਹੁੰਦਾ ਨਾ ਸਿਰ ਤਲੀ ਤੇ ਰੱਖਣਾ ਹੁੰਦਾ ਜੇ ਸ਼ਹਾਦਤ ਦਾ ਜਾਮ ਪੀਣਾ ਤੇ ਜੇ ਸ਼ਹਾਦਤ ਦਾ ਜਾਮ ਪੀਤਾ ਸਿਰ ਤਲੀ ਤੇ ਰੱਖੋ ਜਾਨ ਦੀ ਪਰਵਾਹ ਨਹੀਂ ਮੌਤ ਦੀ ਪਰਵਾਹੀ ਕੋਈ ਨਹੀਂ ਜ਼ਿੰਦਗੀ ਦੀ ਪਰਵਾਹੀ ਕੋਈ ਨਹੀਂ ਸਾਰੀ ਖੇਡ ਖਤਮ ਹੈ ਕੌਮ ਦੇ ਲਿਖੇ ਜ਼ਿੰਦਗੀ ਲਾਈ ਪਾਈ ਖਾਲੜਾ ਜੀ ਨੇ ਇਸੇ ਤਰ੍ਹਾਂ ਇੰਗਲੈਂਡ ਗਏ ਉੱਥੇ ਜਾ ਕੇ ਲੋਕਾਂ ਨੂੰ ਅਵੇਅਰ ਕੀਤਾ ਪੰਜਾਬ 'ਚ ਹੁੰਦੇ ਹੋਏ ਜੋ ਝੂਠੇ ਮੁਕਾਬਲੇ ਪੁਲਸ ਮੁਕਾਬਲੇ ਨੌਜਵਾਨਾਂ ਦੀ ਜੋ ਹੱਤਿਆ ਉਹਨਾਂ ਦੀ ਸ਼ਹੀਦੀਆਂ ਕਈ ਆਪਾਂ ਨੇ ਸਤਿਕਾਰ ਦਈਏ ਉਹਨਾਂ ਦੇ ਮਾਂ ਦੇ ਪੁੱਤਾਂ ਨੂੰ ਜਿੰਨਾ ਕੌਮ ਖਾਤਰ ਸਿਰ ਦਿੱਤੇ ਕੌਮ ਖਾਤਰ ਆਪਣੀ ਜਾਨ ਦਿੱਤੀ ਇੰਗਲੈਂਡ ਗਏ ਇੰਗਲੈਂਡ ਵੀ ਪੇਸ਼ਕਸ਼ਾਈ ਰੱਖੀ ਤੁਸੀਂ ਇੰਗਲੈਂਡ ਦੀ ਸਿਟੀਜ਼ਨਸ਼ਿਪ ਲੈ ਲਓ ਭਾਈ ਖਾਲੜਾ ਫੇਰ ਨਹੀਂ ਮੰਨੇ ਆਸਟ੍ਰੇਲੀਆ ਕੇ ਆਸਟ੍ਰੇਲੀਆ ਵਾਲੇ ਨੇ ਆਹੀ ਪੇਸ਼ਕਸ਼ ਰੱਖੀ ਕਹਿੰਦੇ ਤੁਸੀਂ ਸਿਟੀਨਸ਼ਿਪ ਲੈ ਲਓ ਇੱਥੋਂ ਦੇ ਹੋਜੋ ਇੱਥੋਂ ਲੜੀ ਚੱਲਿਓ ਇੱਥੋਂ ਬੋਲੀ ਚੱਲਿਓ ਪਾਈ ਖਾਲੜਾ ਫੇਰ ਨਹੀਂ ਮੰਨੇ ਨਾ ਕੈਨੇਡਾ ਚ ਮੰਨੇ ਨਾ ਇੰਗਲੈਂਡ ਚ ਮੰਨੇ ਨਾ ਹੀ ਆਸਟ੍ਰੇਲੀਆ ਚ ਮੰਨੇ ਉਹ ਕਹਿੰਦੇ ਮੇਰੀ ਤਾਂ ਅਖੀਰਲੀ ਖਵਾਇਸ਼ ਹੀ ਐ ਵੀ ਜਿੱਦੇ ਮੇਰੇ ਸਾਹ ਮੁੱਕਣ ਮੇਰੇ ਪੰਜਾਬ ਚ ਜਾ ਕੇ ਮੇਰੀ ਧਰਤੀ 'ਚ ਮੁੱਕਣ ਉੱਥੇ ਮੈਂ ਹੋਵਾਂ ਮੇਰੇ ਜੇ ਮੈਂ ਇੱਥੇ ਦੇ ਸਿਟੀਨਸ਼ਿਪ ਲੈ ਕੇ ਇੱਥੋਂ ਦਾ ਮੈਂ ਪੀਆਰ ਹੋ ਕੇ ਇੱਥੇ ਮੈਂ ਰਹਿ ਕੇ ਤੇ ਵੱਡੇ ਵੱਡੇ ਮੈਂ ਭਾਸ਼ਣ ਦਿੰਦਾ ਰਵਾਂ ਵੱਡੇ ਵੱਡੀਆਂ ਮੈਂ ਇੱਥੇ ਸਟੇਜਾਂ ਤੇ ਗੱਲਾਂ ਕਰਦਾ ਰਵਾਂ ਤੇ ਬਾਕੀ ਦੇ ਕਹਿਣਗੇ ਪਹਿਲਾਂ ਤਾਂ ਪੰਜਾਬ ਚ ਜਾ ਕੇ ਬੋਲਦਾ ਸੀ ਹੁਣ ਕੈਨੇਡਾ ਦਾ ਜਾਂ ਕਿਸੇ ਬਾਹਰ ਦੇ ਮੁਲਕ ਦਾ ਜਾ ਕੇ ਬੋਲਦਾ ਹੈ ਉੱਥੇ ਦਾ ਸਿਟੀਜ਼ਨ ਹੋ ਗਿਆ ਤੇ ਇਹ ਗਦਾਰੀ ਹੈ ਕੌਮ ਦੇ ਨਾਲ ਪੰਥ ਦੇ ਨਾਲ ਉਹਨਾਂ ਮਾਵਾਂ ਦੇ ਨਾਲ ਜਿਨ੍ਹਾਂ ਨੂੰ ਮੈਂ ਵਾਅਦਾ ਕੀਤਾ ਇੱਕ ਵਾਰ ਜਦੋਂ ਭਾਈ ਖਾਲੜਾ ਜੀ ਨੇ ਪ੍ਰੈਸ ਕਾਨਫਰੰਸ ਰੱਖੀ ਤਾਂ ਇੱਕ ਬੀਬੀ ਹਰਪਜਨ ਕੌਰ ਕਰਕੇ ਉਹਨਾਂ ਦਾ ਨਾਮ ਆਉਂਦਾ ਮੇਰੇ ਖਿਆਲ 'ਚ ਉਹਨਾਂ ਨੇ ਖੁਦ ਆਪਣੀ ਹੱਡ ਬੀਤੀ ਸੁਣਾਈ ਲੋਕਾਂ ਦੇ ਸਾਹਮਣੇ ਏਡੇ মিডিਆ ਦੇ ਸਾਹਮਣੇ ਜਿਹੜੀ ਘਰ ਘਰ ਗੱਲ ਜਾਣੀ ਸੀ ਘਰ ਘਰ ਕਿਉਂਕਿ ਭਾਈ ਖਾਲੜਾ ਉਸ ਸਮੇਂ ਕੋਈ ਆਮ ਨਾਮ ਨਹੀਂ ਸੀ ਰਹਿ ਗਏ ਉਹ ਇੱਕ ਪੈਰ ਵੀ ਪੁੱਟਦੇ ਸੀ ਤੇ মিডিਆ 'ਚ ਖਬਰ ਆਉਂਦੀ ਸੀ ਵੀ ਭਾਈ ਖਾਲੜਾ ਨੇ ਆ ਜਾ ਕੀਤਾ ਭਾਈ ਖਾਲੜਾ ਨੇ ਰਿਪੋਰਟ ਦਰਜ ਕਰਾਈ ਹੈ ਭਾਈ ਖਾਲੜਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਬੀਬੀ ਹਰਪਜਨ ਕੌਰ ਹੋਰਾਂ ਨੇ ਉਸ ਵੇਲੇ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੀ ਹੱਦਬੀਤੀ ਸੁਣਾਈ ਕਹਿੰਦੇ ਤਰਨਤਨ ਸਾਹਿਬ ਦੇ ਡੀਐਸਪੀ ਉੱਥੇ ਦਾ ਤੇ ਉੱਥੇ ਦਾ ਐਸਐਚਓ ਕਹਿੰਦੇ ਸ਼ਿਗਰ ਦੁਪਹਿਰੀ ਮੇਰੇ ਘਰ ਆਣ ਵੜਿਆ ਮੇਰੀਆਂ ਦੋਵੇਂ ਜਵਾਨ ਧੀਆਂ ਨੂੰ ਇੱਕ ਦੀ ਉਮਰ 19 ਸਾਲ ਤੇ ਦੂਜੀ ਦੀ ਉਮਰ 21 ਸਾਲ ਉਹਨਾਂ ਨੂੰ ਘਰੋਂ ਕੱਢ ਕੇ ਲੈ ਗਿਆ ਤੇ ਸ਼ਾਮ ਨੂੰ ਮੇਰਾ ਪੁੱਤਰ ਆਇਆ ਮੈਂ ਰੋਂਦੀ ਨੇ ਕਹਿੰਦੇ ਪੁੱਤਰ ਨੂੰ ਦੱਸਿਆ ਵੀ ਤੇਰੀਆਂ ਭੈਣਾਂ ਨੂੰ ਐਵੇਂ ਪੁਲਿਸ ਵਾਲੇ ਚੁੱਕ ਕੇ ਲੈ ਗਏ ਨੇ ਉਹ ਪੁੱਤਰ ਮੇਰਾ ਤਰੰਤਰਨ ਸਾਹਿਬ ਦੇ ਥਾਣੇ 'ਚ ਗਿਆ ਉੱਥੇ ਜਾ ਕੇ ਪੁੱਛੇ ਕਿ ਚ ਹੋਈ ਤੇ ਉਹਨਾਂ ਨੇ ਕਿਸੇ ਹੋਰ ਚੌਂਕੀ ਦਾ ਬਹਾਨਾ ਲਾ ਕੇ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਉਹ ਫਲਾਣੇ ਅੱਗੇ ਜਾ ਕੇ ਕਸਬੇ ਦੀ ਚੌਂਕੀ ਉੱਥੇ ਜਾ ਕੇ ਪਤਾ ਕਰੋ ਉੱਥੇ ਬਹਾਨਾ ਲਾ ਕੇ ਉਸ ਤੋਂ ਬਾਅਦ ਉਹ ਬੇਟੇ ਦਾ ਨਾਮ ਸੀ ਪੁੱਤਰ ਦਾ ਨਾਮ ਉਹਨਾਂ ਦਾ ਬੀਬੀ ਹਰਪ੍ਰਿੰਤ ਕੌਰ ਦੇ ਬੇਟੇ ਦਾ ਨਾਮ ਕਮਲਦੀਪ ਸਿੰਘ ਕਮਲਦੀਪ ਸਿੰਘ ਜਾਂ ਕਮਲਜੀਤ ਸਿੰਘ ਮੈਨੂੰ ਮੇਰੇ ਦਿਮਾਗ 'ਚੋਂ ਸਕਿਪ ਹੋ ਗਿਆ ਨਾ ਕਹਿੰਦੇ ਉਹ ਪੁੱਤਰ ਮੁੜਿਆ ਉਹਨਾਂ ਦਾ ਫਿਰ ਪਤਾ ਕਰਨ ਵਾਸਤੇ ਛੋਟਾ ਪੁੱਤਰ ਤੇ ਜਿਹੜੇ ਉਹਨਾਂ ਦੇ ਪਿਤਾ ਜੀ ਸੀ ਬੀਬੀ ਹਰਪ੍ਰਿੰਨ ਕੋਰ ਦੇ ਪਤੀ ਸੀ ਜਿਹੜੇ ਆਪਣੇ ਛੋਟੇ ਬੇਟੇ ਨੂੰ ਲੈ ਕੇ ਉਹ ਗਏ ਫਿਰ ਤਿੰਨੇ ਵੀ ਮੁੜੇ ਦੋ ਤਿੰਨ ਦਿਨਾਂ ਬਾਅਦ ਉਹਨਾਂ ਦੇ ਧੀਆ ਮੁਡੀਆਂ ਦੋਵੇਂ ਧੀਆ ਉੱਥੇ ਵਾਪਸ ਘਰ ਆ ਗਈਆਂ ਦੋ ਤਿੰਨ ਦਿਨਾਂ ਬਾਅਦ ਤੁਸੀਂ ਆਪ ਸਿਆਣੇ ਹੋ ਜੇ ਦੋ ਤਿੰਨ ਦਿਨ ਬਾਅਦ ਧੀਆ ਨੂੰ ਮੋੜਿਆ ਤੁਹਾਨੂੰ ਪਤਾ ਹੀ ਹੈ ਉਹਨਾਂ ਵਹਿਸ਼ੀ ਦਰਿੰਦਿਆਂ ਨੇ ਉਹਨਾਂ ਜਾਨਵਰਾਂ ਨੇ ਕਾਮਧਿਆਨਿਆਂ ਨੇ ਕੀਤਾ ਕੀ ਹੋਣਾ ਬੀਬੀ ਹਰਪ੍ਰਿੰਦਰ ਕੌਰ ਕਹਿੰਦੇ ਮੇਰੀਆਂ ਧੀਆ ਤਾਂ ਮੁੜ ਗਈਆਂ ਪਰ ਧੀਆ ਨੂੰ ਵਾਪਸ ਲੈਣ ਗਏ ਮੇਰੇ ਦੋਵੇਂ ਪੁੱਤਰ ਤੇ ਮੇਰੇ ਸਿਰ ਦਾ ਸਾਈ ਨਹੀਂ ਮੁੜਿਆ ਤੇ ਉਹਨਾਂ ਨੇ ਫਿਰ ਭਾਈ ਖਾਲਾਣਾ ਜੀ ਤੇ ਅੱਗੇ ਗੁਹਾਰ ਲਈ ਤੇ ਭਾਈ ਖਾਲਾਣਾ ਨੇ ਬੜੀ ਬਿਵੇਕੀ ਦੇ ਨਾਲ ਕੇਸ ਲੜਿਆ ਤੇ ਸਿੱਟਾ ਇਹ ਨਿਕਲਿਆ ਕਹਿੰਦੇ ਤਿੰਨਾਂ ਨੂੰ ਦੋਵਾਂ ਪੁੱਤਰਾਂ ਨੂੰ ਤੇ ਬੀਬੀ ਹਰਪ੍ਰਿੰਦਰ ਕੌਰ ਦੇ ਪਤੀ ਨੂੰ ਝੂਠਾ ਪੁਲਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਇਹ ਸੀ ਹਾਲ ਉਸ ਵੇਲੇ ਦਾ ਏਸੀ ਉਸ ਵੇਲੇ ਦੀ ਡੈਮੋਕ੍ਰੇਸੀ ਇਹ ਹੁੰਦਾ ਹੈ ਵੱਡੀ ਧਿਰ ਦਾ ਛੋਟੀ ਧਿਰ ਨੂੰ ਦਬਾਉਣਾ ਇਹ ਆਜ਼ਾਦ ਦੇਸ਼ 'ਚ ਰਹਿਣ ਦਾ ਤਰੀਕਾ ਜੋ ਉਹਨਾਂ ਨੇ ਸਾਨੂੰ ਸਿਖਾਇਆ ਵੀ ਆਜ਼ਾਦ ਆ ਅਸੀਂ ਇਹਨੂੰ ਆਜ਼ਾਦੀ ਕਹਿੰਦੇ ਨੇ ਮਾੜਿਆ ਦਿਲ ਤੇ ਹੱਥ ਰੱਖ ਕੇ ਦੱਸਿਓ ਜੀ ਇਹਨੂੰ ਆਜ਼ਾਦੀ ਕਹਿੰਦੇ ਨੇ ਫਿਰ ਕਹਿੰਦੇ 31 ਅਗਸਤ 1995 ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਮਨੁੱਖੀ ਬੰਬ ਮਾਰਕ ਬਣ ਕੇ ਜੁਝਾਰੂ ਸਿੰਘਾਂ ਨੇ ਮੌਦੇ ਘਾੜ ਉਤਾਰਤਾ 31 ਅਗਸਤ 1995 ਤੇ ਹੁਣ ਅਗਲੇ ਨੇ ਗੁੱਸਾ ਕੱਢਣਾ ਹੋਇਆ ਵੈਰ ਕੱਢਣਾ ਹੋਇਆ ਕੁਝ ਜਹਾਰੂ ਜਿਹੜੇ ਸਾਡੇ ਸਿੱਖ ਸੂਰਮੇ ਕੁਝ ਜੇਲਾਂ ਚ ਬੰਦ ਸੀ ਤੇ ਕਈ ਸ਼ਾਦ ਦਾ ਜਾਂਪੀ ਬੈਠੇ ਸੀ ਤੇ ਹੁਣ ਬਚੇ ਕੌਣ ਸੀ ਭਾਈ ਜਸਵੰਤ ਸਿੰਘ ਜੀ ਖਾਲੜਾ 31 ਅਗਸਤ ਤੋਂ ਬਾਅਦ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਰਿਆ ਗਿਆ ਤੇ 31 ਅਗਸਤ ਤੋਂ ਲੈ ਕੇ 6 ਸਤੰਬਰ ਤੱਕ 6 ਸਤੰਬਰ ਨੂੰ ਦਿਨ ਚੜੇ 10 11 ਵਜੇ ਭਾਈ ਜਸਵੰਤ ਸਿੰਘ ਜੀ ਖਾਲੜਾ ਗਲੀ ਦੇ ਵਿੱਚ ਆਪਣੀ ਕਾਰ ਸਾਫ਼ ਕਰ ਰਹੇ ਸੀ ਉਦੋਂ ਇੱਕ ਮ੍ਰਤੀ ਵੈਨ ਆਈ ਤੇ ਉਹਨਾਂ ਨੂੰ ਕੜੀਸਕੇ ਅੰਦਰ ਬਿਠਾ ਕੇ ਲੈ ਗਈ ਉਸ ਤੋਂ ਬਾਅਦ ਕਿਹਨਾਂ ਦਾ ਉਹਨਾਂ ਦਾ ਪਤਾ ਨਹੀਂ ਲੱਗਿਆ ਇਹ ਗੱਲ ਇਹ ਜਿਹੜੀ ਗੱਲ ਸੀ ਉਹਨਾਂ ਦੇ ਗਵਾਂਡੀ ਨੇ ਨੋਟ ਕੀਤੀ ਚਸ਼ਮਦੀਦ ਗਵਾਸ ਹਨ ਜਿਹੜੇ ਤੇ ਕਹਿੰਦੇ 31 ਅਗਸਤ ਤੋਂ ਲੈ ਕੇ 6 ਸਤੰਬਰ ਤੱਕ ਚੱਪੇ-ਚੱਪੇ ਤੇ ਪੁਲਿਸ ਪਾਈ ਖਾਲੜਾ ਨੂੰ ਤਲਾਸ਼ਣ ਦੀ ਉਹਨਾਂ ਨੂੰ ਦਬੋਚਣ ਦੀ ਪੂਰੀ ਕੋਸ਼ਿਸ਼ ਕਰਦੀ ਸੀ ਸਿਵਲ ਵਰਦੀ ਦੇ ਵਿੱਚ ਉਹਨਾਂ ਦੇ ਘਰ ਦੇ ਆਸ-ਪਾਸੇ ਢੇਡੇ ਕੱਢਦੇ ਸੀ ਵੀ ਕਦੋਂ ਸ਼ੇਰ ਬਾਹਰ ਆਵੇ ਤੇ ਕਦੋਂ ਦਬੋਚ ਲਈਏ ਪਰ ਵੇਖੋ ਸਿੱਧੇ ਮਥੇ ਟੱਕਰ ਲੈ ਨਹੀਂ ਸਕੇ ਫਿਰ ਵੀ ਗੱਡੀ ਧੁੰਦੇ ਹੋਏ ਨੂੰ ਜੀਪ 'ਚ ਬਿਠਾ ਕੇ ਆਪਣੀ ਮਰੂਤੀ ਵੈਨ 'ਚ ਬਿਠਾ ਕੇ ਲੈ ਗਏ ਉਸ ਤੋਂ ਬਾਅਦ ਕਿੰਨੇ ਭਾਈ ਜਸਵੰਤ ਸਿੰਘ ਜੀ ਖਾਲੜਾ ਦਾ ਪਤਾ ਹੀ ਨਹੀਂ ਲੱਗਿਆ ਤੇ ਇੱਕ ਮੈਂ ਤੁਹਾਨੂੰ ਟਾਈਮ ਕਿਉਂਕਿ ਬਹੁਤਾ ਹੋ ਗਿਆ ਮੈਂ ਪਹਿਲਾਂ ਵੀ ਵਿਚਾਰਾ ਕਰਦਾ ਰਿਆਂ অন্ਟਾਰੀਓ ਖਾਲਸਾ ਦਰਬਾਰ ਦੇ ਵਿੱਚ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਇੱਕ ਇਤਿਹਾਸਿਕ ਸਪੀਚ ਦਿੱਤੀ ਸੀ ਉਸ ਸਪੀਚ ਦੇ ਵਿੱਚ ਇੱਕ ਉਹਨਾਂ ਦੀ ਉਹਨਾਂ ਦੀ ਵਰਡਿੰਗਸ ਨੇ ਉਹਨਾਂ ਦੇ ਸ਼ਬਦ ਨੇ ਉਹਨਾਂ ਨੇ ਕਿਹਾ ਕਹਿੰਦੇ ਜਿਹੜੇ ਕੌਮ ਵਾਸਤੇ ਸ਼ਹੀਦ ਹੋ ਜਾਂਦੇ ਨੇ ਜਿਹੜੇ ਕੌਮ ਵਾਸਤੇ ਪੰਥ ਵਾਸਤੇ ਧਰਮ ਵਾਸਤੇ ਸਿੱਖੀ ਵਾਸਤੇ ਸ਼ਹੀਦ ਹੋ ਜਾਂਦੇ ਨੇ ਭਾਈ ਖਾਲੜਾ ਜੀ ਕਹਿੰਦੇ ਉਹ ਗੁਰੂ ਤਾਂ ਨਹੀਂ ਬਣਦੇ ਗੁਰੂ ਤਾਂ ਨਹੀਂ ਬਣਦੇ ਗੁਰੂ ਤਾਂ ਨਹੀਂ ਬਣ ਸਕਦੇ ਪਰ ਜੇ ਸਾਡੇ ਸਤਿਗੁਰਾਂ ਤੋਂ ਬਾਅਦ ਸਿੱਖੀ ਦੇ ਵਿੱਚ ਪੰਥ ਦੇ ਵਿੱਚ ਕੌਮ ਦੇ ਵਿੱਚ ਸਭ ਤੋਂ ਵੱਧ ਕਿਸੇ ਦੀ ਸ਼ੋਭਾ ਹੈ ਸਤਿਗੁਰਾਂ ਤੋਂ ਬਾਅਦ ਤੇ ਉਹਨਾਂ ਸ਼ਹੀਦਾਂ ਦੀ ਹੈ ਜਿਨ੍ਹਾਂ ਨੇ ਸਤਗੁਰਾਂ ਕਰਕੇ ਸਿੱਖੀ ਕਰਕੇ ਪੰਥ ਕਰਕੇ ਆਪਣਾ ਆਪਾ ਕੁਰਬਾਨ ਕਰ ਦਿੱਤਾ ਸੀ